ਚੋਣਾਂ ਦੇ ਐਲਾਨ ਤੋਂ ਬਾਅਦ ਹਲਕਾ ਅਜਨਾਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਦੱਸਦੇ ਕਿ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਜਦੋਂ ਕਿ ਹਲਕਾ ਅਜਨਾਲੀ ਦਾ ਟਕਸਾਲੀ ਅਕਾਲੀ ਨਿੱਜਰ ਪਰਿਵਾਰ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਪਾਰਟੀ ਚਿੰਨ ਮਫਲਰ ਪਾ ਕੇ ਨਿੱਜਰ ਪਰਿਵਾਰ ਨੂੰ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹਨਾਂ ਪੂਰੇ ਪਰਿਵਾਰਾਂ ਦਾ ਸਵਾਗਤ ਕਰਦੇ ਹਾਂ। ਇਸ ਮੌਕੇ ਤੇ ਨਿੱਜਰ ਪਰਿਵਾਰ ਦੇ ਮੁਖੀ ਬੀਬੀ ਕਰਮਜੀਤ ਕੌਰ ਨੇ ਕਿਹਾ ਕਿ ਅਸੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਵਿਕਾਸ ਦੇ ਪ੍ਰਤੀ ਨੀਤੀਆਂ ਨੂੰ ਵੀ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਾਂ ਤੇ ਇਹਨਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਇਹਨਾਂ ਦੇ ਨਾਲ ਸਦਾ ਚੱਲਾਂਗੇ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਰਮਜੀਤ ਕੌਰ ਆ, ਮੈਂ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਅਜਨਾਲਾ ਦੀ ਮੈਨੇਜਿੰਗ ਡਾਇਰੈਕਟਰ ਹਾਂ। ਅੱਜ ਬਹੁਤ ਖੁਸ਼ੀ ਹੋ ਰਹੀ ਆ ਕਿ ਅਸੀਂ ਭਾਅ ਜੀ ਧਾਲੀਵਾਲ ਸਾਹਿਬ ਮੰਤਰੀ ਸਾਹਿਬ ਨੂੰ ਬੁਲਾਇਆ, ਕਿਉਂਕਿ ਸਾਨੂੰ ਆਮ ਪਾਰਟੀ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਪਿਆਰ ਵੀ ਆ, ਬਹੁਤ ਜ਼ਿਆਦਾ ਸਾਨੂੰ ਵਧੀਆ ਕਾਰਨਾਮੇ ਕੰਮ ਇਹਨਾਂ ਦੇ ਬਹੁਤ ਅੱਛੇ ਲੱਗੇ, ਡਿਵੈਲਪਮੈਂਟ ਬਹੁਤ ਹੋਈ ਆ, ਸ਼ਹਿਰ 'ਚ ਡਿਵੈਲਪਮੈਂਟ ਨਜ਼ਰ ਆ ਰਹੀ ਆ। ਬਾਕੀ ਜਦੋਂ ਦੀ ਇਹਨਾਂ ਨੇ ਇਹ ਪਾਰਟੀ 'ਚ ਆਏ ਨੇ ਭਗਵੰਤ ਸਿੰਘ ਮਾਨ ਹੋਰੀ ਸਾਡੇ ਸੀਐਮ ਨੇ, ਉਹਨਾਂ ਨੇ ਬਹੁਤ ਹੀ ਨੀਅਤ ਅਤੇ ਨੀਤੀ ਨਾਲ ਕੰਮ ਕੀਤੇ ਨੇ। ਦੋ ਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸੋਚਦੇ ਹਾਂ ਕਿ ਪੋਲੀਟਿਕਸ 'ਚ ਹੋਣੀਆਂ ਬਹੁਤ ਜ਼ਰੂਰੀ ਨੇ। ਜਿਹੜੇ ਆਪਣੇ ਵਾਗਡੋਰ ਸੰਭਾਲਦੇ ਨੇ ਆਪਣੀ ਸਟੇਟ ਦੀ ਜਾਂ ਆਪਣੇ ਦੇਸ਼ ਦੀ, ਉਹਨਾਂ ਦੇ ਨੀਅਤ ਅਤੇ ਨੀਤੀ ਸਾਫ਼ ਹੋਣੀ ਚਾਹੀਦੀ ਆ। ਸਾਨੂੰ ਨੀਅਤ ਅਤੇ ਨੀਤੀ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਬਹੁਤ ਹੀ ਜ਼ਿਆਦਾ ਇਮਾਨਦਾਰੀ ਦੇ ਨਾਲ ਅਤੇ ਇਹ ਕੰਮ ਕਰ ਰਹੇ ਨੇ, ਡਿਵੈਲਪਮੈਂਟ ਕਰ ਰਹੇ ਨੇ। ਇਸ ਕਰਕੇ ਸਾਡਾ ਦਿਲ ਕੀਤਾ ਕਿ ਅਸੀਂ ਇਸ ਪਾਰਟੀ ਨੂੰ ਅਡੋਪਟ ਕਰੀਏ। ਅੱਜ ਸਾਰਾ ਪਰਿਵਾਰ ਅਤੇ ਸਾਡੇ ਸਾਰੇ ਨਿੱਜਰ ਪਰਿਵਾਰ ਇਕੱਠੇ ਹੋ ਕੇ ਅਸੀਂ ਆਮ ਪਾਰਟੀ ਦੇ ਨਾਲ ਅਸੀਂ ਮਿਲ ਗਏ ਹਾਂ, ਇਸ ਲਈ ਸਾਨੂੰ ਦਿਲੋਂ ਖੁਸ਼ੀ ਹੈ ਅਤੇ ਇਹਨਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅਜਨਾਲਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਖੜੇ, ਇਹ ਸ਼ਹਿਰ ਦੇ ਜਿਹੜੇ ਕੁਛ ਪਰਿਵਾਰ ਇੱਦਾਂ ਦੇ ਨੇ ਜਿਹੜੇ ਇਹ ਸ਼ਹਿਰ ਦੀ ਰੀੜ ਦੀ ਹੱਡੀ ਨੇ, ਜਿਨ੍ਹਾਂ ਦਾ ਇਸ ਸ਼ਹਿਰ ਦੀ ਹੋਂਦ ਦੇ ਵਿੱਚ ਬਹੁਤ ਵੱਡਾ ਰੋਲ ਹੈ। ਉਹਨਾਂ 'ਚੋਂ ਸਾਡੇ ਵੱਡੇ ਭੈਣ ਜੀ ਕਰਮਜੀਤ ਕੌਰ ਨਿੱਜਰ, ਉਹਨਾਂ ਦਾ ਪਰਿਵਾਰ ਸਾਬਕਾ ਕੌਂਸਲਰ ਹੈ, ਬਹੁਤ ਵੱਡਾ ਨਿੱਜਰ ਪਰਿਵਾਰ ਹੈ ਨਾਲੇ ਦਾ, ਸਾਰੇ ਲੋਕਾਂ ਨੂੰ ਪਤਾ। ਉਹ ਸਾਰਾ ਪਰਿਵਾਰ ਜਿਹੜਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ, ਪੰਜਾਬ ਸਰਕਾਰ ਦੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਭੈਣ ਜੀ ਹੋਣੀ ਆਪਣੇ ਬੱਚਿਆਂ ਸਮੇਤ ਆਪਣੇ ਪਰਿਵਾਰ ਸਮੇਤ ਅੱਜ ਸਾਡੇ ਨਾਲ ਰਲੇ ਆ। ਔਰ ਮੈਂ ਸਮਝਦਾ ਕਿ ਇਹ ਅਜਨਾਲੇ ਵਾਸਤੇ ਇੱਕ ਬਹੁਤ ਹੀ ਬਿਹਤਰੀਨ ਅਤੇ ਚੰਗਾ ਸੁਨੇਹਾ ਕਿ ਜਿਹੜੇ ਅਸੀਂ ਵਿਕਾਸ ਦੇ ਕੰਮ ਕਰ ਰਹੇ ਹਾਂ, ਜਿਹੜੇ ਵਿਕਾਸ ਪੱਖੀ ਲੋਕ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਵਿੱਚ, ਜਿਹੜੇ ਚਾਹੁੰਦੇ ਆ ਕਿ ਸਾਡੇ ਸ਼ਹਿਰ ਦਾ, ਸਾਡੇ ਇਲਾਕੇ ਦਾ, ਸਾਡੇ ਜ਼ਿਲ੍ਹੇ ਦਾ, ਸਾਡੀ ਸਟੇਟ ਦਾ ਵਿਕਾਸ ਹੋਵੇ, ਉਹ ਸਾਰੇ ਇਸ ਵੇਲੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਅਜਨਾਲੇ ਦੇ ਵਿੱਚ ਅੰਮ੍ਰਿਤਸਰ 'ਚ ਜਿਹੜੇ ਆ ਉਹ ਸਾਡੇ ਨਾਲ ਤੁਰ ਰਹੇ ਆ। ਔਰ ਮੈਨੂੰ ਖੁਸ਼ੀ ਹੈ, ਅਸੀਂ ਕਾਫੀ ਕੰਮ ਕੀਤਾ ਅਜਨਾਲੇ ਵਾਸਤੇ, ਪਰ ਅਜੇ 3 ਸਾਲ ਬਾਕੀ ਨੇ ਅਤੇ ਬਹੁਤ ਕੰਮ ਵੀ ਬਾਕੀ ਆ। ਔਰ ਜਦੋਂ ਇੱਦਾਂ ਦੇ ਪੜ੍ਹੇ ਲਿਖੇ ਪਰਿਵਾਰ ਜਿਨ੍ਹਾਂ ਦਾ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਹੈ, ਜਿਹੜੇ ਸਕੂਲ ਕਾਲਜ ਚਲਾਉਂਦੇ ਨੇ, ਔਰ ਇੱਦਾਂ ਦੇ ਪਰਿਵਾਰ ਜਦੋਂ ਸਾਡੇ ਨਾਲ ਆਏ ਤਾਂ ਸਾਨੂੰ ਹੋਰ ਸਿੱਖਿਆ ਮਿਲੂਗੀ, ਅਸੀਂ ਰਲ ਕੇ ਆਪਣੇ ਹਲਕੇ ਦਾ ਕੰਮ ਜਿਹੜਾ ਬਿਹਤਰ ਕਰਾਂਗੇ। ਸੋ ਮੈਂ ਭੈਣ ਜੀ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਬੱਚਿਆਂ ਨੂੰ, ਸਾਰਿਆਂ ਨੂੰ ਵੈਲਕਮ ਕਹਿੰਦਾ, ਜੀਆ ਕਹਿੰਦਾ। ਔਰ ਉਹਨਾਂ ਨੂੰ ਮੈਂ ਵਿਸ਼ਵਾਸ ਦਿੰਦਾ ਕਿ ਉਹਨਾਂ ਦਾ ਮਾਨ ਤਾਨ ਸਨਮਾਨ ਜਿਹੜਾ ਪਾਰਟੀ ਦੇ ਅੰਦਰ ਸਾਡੇ ਪਰਿਵਾਰ ਦੇ ਵਿੱਚ ਜਿਹੜਾ ਉਹ ਸਭ ਤੋਂ ਜ਼ਿਆਦਾ ਹੋਊਗਾ। ਇਹ ਮੈਂ ਉਹਨਾਂ ਨੂੰ ਵੈਲਕਮ ਕਰਦਾ। ਔਰ ਦੇਖੋ ਸਾਡੇ
ਆਈ ਜੀ ਸਾਹਿਬ ਕੋਮਲ ਵਿਜੇ ਪ੍ਰਤਾਪ ਜੀ ਸਰ ਆ ਜਾਓ, ਆ ਦੇਖੋ ਪੜ੍ਹੇ ਲਿਖੇ ਬੰਦੇ ਸ਼ਾਮਿਲ ਹੋਏ ਆ, ਨਾਲ ਹੀ ਪੜ੍ਹੇ ਲਿਖੇ ਸਾਡੇ ਰਿਟਾਇਰਡ ਅਫਸਰ ਜਿਹੜੇ ਆ ਉਹ ਮਤਲਬ ਆ ਗਏ। ਜਿਹੜਾ ਅਸੀਂ ਕੰਮ ਕਰਦੇ ਉਸ ਕੰਮ ਤੋਂ ਖੁਸ਼ ਹੋ ਕੇ ਹੀ ਇੱਦਾਂ ਦੇ ਸਾਡੇ ਭੈਣ ਭਰਾ ਸਾਡੇ ਨਾਲ ਜਿਹੜੇ ਤੁਰਦੇ ਆ, ਉਹਦਾ ਇਹ ਹੋਰ ਵੀ ਅਜੇ ਬੜੇ ਪਰਿਵਾਰ ਨੇ। ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਅਜਨਾਲਾ ਅਤੇ ਕਿੰਨੇ ਚੰਗੇ ਲੋਕ ਜਿਹੜੇ ਆ। ਸਰ ਮੇਰਾ ਤਾਂ ਇੱਕ ਬੇਨਤੀ ਹੈ ਸਾਰਿਆਂ ਨੂੰ, ਆਪਾਂ ਸਿਆਸਤ ਕਰਦੇ ਹਾਂ ਆਪਾਂ ਗੰਦ ਬੰਦ ਬੋਲਣ ਦੀ ਬਜਾਏ ਕੰਮ ਕਰੀਏ, ਕੰਮ ਕਰਕੇ ਲੋਕਾਂ ਨੂੰ ਦਿਖਾਈਏ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ। ਉਹ ਜੇ ਕੰਮ ਕਰਾਂਗੇ ਤਾਂ ਅਗਲੀਆਂ ਲੋਕ ਸਾਨੂੰ ਵੋਟਾਂ ਪਾਉਣਗੇ, ਨਹੀਂ ਕਰਾਂਗੇ ਤਾਂ ਵੀ ਅਸੀਂ ਤਾਂ ਮੈਂ ਤਾਂ ਸਿੱਧਾ ਕਹਿੰਦਾ ਵੀ ਜੇ ਕੰਮ ਕੀਤਾ ਵੋਟ ਪਾ ਦਿਓ, ਨਹੀਂ ਕੀਤਾ ਤਾਂ ਵੀ ਰਹਿਣ ਦਿਓ। ਸਮਝਿਆ ਕਿ ਨਹੀਂ? ਗਾ ਪਰ ਭੈਣ ਜੀ ਦੇ ਆ ਗਏ ਅੱਜ ਅਤੇ ਮੇਰਾ ਅੱਜ ਮਨ ਬਹੁਤ ਖੁਸ਼। ਮੈਨੂੰ ਲੱਗਾ ਕਿ ਜਿਹੜਾ ਕੰਮ ਕਰ ਰਹੇ ਹਾਂ ਸਾਡੇ ਉਸ ਕੰਮ ਨੂੰ ਬੂਰ ਪੈਣਾ, ਜਿਹੜਾ ਸਾਹਮਣੇ ਅੰਬ ਦਾ ਬੂਟਾ ਉਹਨੂੰ ਬੂਰ ਪਿਆ, ਦੇਖੋ ਇੱਦਾਂ ਜਿਹੜਾ ਅਸੀਂ ਕੰਮ ਕੀਤੇ ਉਹਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਇੱਦਾਂ ਦੇ ਲੋਕ ਸਾਡੇ ਨਾਲ ਆ ਗਏ, ਇੱਦਾਂ ਦੇ ਪਰਿਵਾਰ ਜਿਹੜੇ ਜਿਹਨਾਂ ਦੇ ਬੱਚੇ ਇੰਗਲੈਂਡ ਦੇ ਵਿੱਚ ਸੁਪਰੀਮ ਕੋਰਟ ਦੇ ਵਕੀਲ ਨੇ, ਉਹ ਲੋਕ ਸਾਡੇ ਨਾਲ ਆ ਰਹੇ ਅਤੇ ਇਹਦਾ ਮਤਲਬ ਕਿ ਅਸੀਂ ਚੰਗੇ ਚੰਗੇ ਰਾਹ ਦੇ ਉੱਤੇ ਸਮਝਦੇ ਹਾਂ।